ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਅਚਾਨਕ ਸੰਗਰੂਰ ਦੇ ਸਟਰੋਂਗ ਰੂਮ ਦੀ ਚੈਕਿੰਗ ਕਰਨ ਲਈ ਗਏ। ਇਸ ਦੌਰਾਨ ਉਹਨਾਂ ਨੇ ਆਪਣੀ ਪਾਰਟੀ ਦੇ ਵਲੰਟੀਅਰਾਂ ਨਾਲ ਗੱਲ ਕੀਤੀ ਅਤੇ ਵਲੰਟੀਅਰਾਂ ਤੋਂ ਸਟਰੋਂਗ ਰੂਮਾਂ ਦੀ ਜਾਣਕਾਰੀ ਦਾ ਜਾਇਜ਼ਾ ਲਿਆ। ਭਗਵੰਤ ਮਾਨ ਇਸ ਤੋਂ ਬਾਅਦ ਹੋਰ ਥਾਵਾਂ ਤੇ ਵੀ ਗਏ ਜਿੱਥੇ ਵੋਟਿੰਗ ਮਸ਼ੀਨਾਂ ਰੱਖੀਆਂ ਹੋਈਆਂ ਸਨ। ਮਾਨ ਨੇ ਦੱਸਿਆ ਕਿ ਉਹ ਪੂਰੇ ਪੰਜਾਬ ਵਿੱਚ ਸਟਰੋਂਗ ਰੂਮਸ ਤੇ ਜਾਣਗੇ ਤੇ ਪਿਛਲੇ 25 ਦਿਨਾਂ ਤੋਂ ਵੋਟਿੰਗ ਮਸ਼ੀਨਾਂ ਦੀ ਰੱਖਿਆ ਕਰ ਰਹੇ ਵਲੰਟੀਅਰਾਂ ਦਾ ਹੌਸਲਾ ਵਧਾਉਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਵ ਆਮ ਲੋਕਾਂ ਦੀ ਸਰਕਾਰ ਬਣਨੀ ਹੀ ਤੈਅ। ਦੇਖੋ, ਮਤਲਬ ਸ਼ਰਮਨਾਕ ਬਾਤ ਹੈ ਕਿ ਇੱਕ ਬੱਚੀ ਜਿਸਕਾ ਪਿਤਾ ਜੋ ਹੈ ਉਹ ਦੇਸ਼ ਪਰ ਆਪਣੀ ਜਾਨ ਨੌਸ਼ਾਵਰ ਕਰ ਗਿਆ, ਉਸਕੋ ABP ਕੇ ਗੁੰਡੇ ਜੋ ਹੈ ਉਹ ਰੇਪ ਕਰਨੇ ਕੀ ਧਮਕੀ ਦੇ ਰਹੇ ਹੈ, ਉਸਕੋ ਐਂਟੀ ਨੈਸ਼ਨਲ ਬੋਲ ਰਹੇ ਹੈ। ਮਤਲਬ ਕਿਆ ਦੇਸ਼ ਭਗਤੀ ਕਾ ਸਰਟੀਫਿਕੇਟ ਬਾਂਟਨੇ ਕਾ ਠੇਕਾ ਲੈ ਰੱਖਾ ਇਹਨਾਂ ਨੇ। ਅਮਿਤ ਸ਼ਾਹ ਹਮੇ ਦੇਸ਼ ਭਗਤੀ ਕਾ ਸਰਟੀਫਿਕੇਟ ਦੇਗਾ ਜੋ ਤੜੀ ਪਾਰ ਹੈ ਖੁਦ ਗੁਜਰਾਤ ਸੇ। ਤੋ ਯੇ ਦੇਸ਼ ਭਗਤੀ ਕਾ RSS ਹਮੇ ਸਰਟੀਫਿਕੇਟ ਦੇਗੀ ਜਿਨ੍ਹੋਂਨੇ 52 ਸਾਲ ਤੱਕ ਨਾਗਪੁਰ ਕੇ ਜੋ ਆਫਿਸ ਮੇ ਤਿਰੰਗਾ ਝੰਡਾ ਨਹੀਂ ਫਹਿਰਾਇਆ ਥਾ। ਤੋ ਯੇ ਦੇਸ਼ ਕੀ ਜੋ ਫੈਡਰਲ ਸਟਰਕਚਰ ਹੈ ਉਸਕੇ ਲਈ ਬਹੁਤ ਖਤਰਾ ਹੈ। ਯੂਨੀਵਰਸਿਟੀਜ਼, ਕਾਲਜ ਇਹਨੋਨੇ ਰਾਜਨੀਤੀ ਕਾ ਅਖਾੜਾ ਬਣਾ ਦੀਏ। JNU ਮੇ ਐਸਾ ਹੁਆ, DU ਮੇ ਹੋ ਗਿਆ, ਪਹਿਲੇ ਕਸ਼ਮੀਰ ਮੇ ਐਸਾ ਹੁਆ, ਜੰਮੂ ਮੇ ਹੋਇਆ। ਤੋ ਇਹ ਬਹੁਤ ਹੀ ਖਤਰਨਾਕ ਚੀਜ਼ ਹੈ, ਨਫ਼ਰਤ ਕੀ ਰਾਜਨੀਤੀ ਜੋ ਕਰ ਰਹੇ ਹੈ ਸਪੈਸ਼ਲੀ ਮੋਦੀ ਸਾਹਿਬ। ਉਨਕੇ ਭਾਸ਼ਣੋ ਮੇ ਬਾਤ ਤੋ ਸ਼ੁਰੂ ਕੀ ਥੀ ਉਹਨਾਂ ਨੇ ਵਿਕਾਸ ਕੇ ਨਾਮ ਪਰ ਲੜੇਂਗੇ, ਅਬ ਆ ਗਿਆ ਸ਼ਮਸ਼ਾਨ ਔਰ ਕਬਰਿਸਤਾਨ, ਤੋ ਯੇ ਕਹਾਂ ਸੇ ਆ ਗਿਆ। ਤੋ ਯੇ ਇਸਕਾ ਮਤਲਬ ਹੈ ਯੇ ਹਾਰ ਰਹੇ ਹੈ, ਬੌਖਲਾਏ ਹੋਏ ਔਰ ਪ੍ਰਧਾਨ ਮੰਤਰੀ ਕਾ ਐਸੇ ਗਰਿਮਾ ਕੇ ਸੇ ਨੀਚੇ ਜਾ ਕੇ ਬੋਲਣਾ ਦੇਸ਼ ਕੇ ਲੀਏ ਅੱਛਾ ਨਹੀਂ ਹੈ। ਹਮਾਰੇ ਦੇਸ਼ ਮੇ ਫਰੀਡਮ ਆਫ ਸਪੀਚ ਹੈ, ਕੋਈ ਵੀ ਕੁਛ ਬੋਲ ਸਕਤਾ ਹੈ। ਤੋ ਯੇ ਸਮਝਤੇ ਹੈ ਬਸ ਜੋ ਹਮ ਕਹੇਂਗੇ ਵਹੀ ਬੋਲੇਂਗੇ, ਜੋ ਹਮ ਕਹੇਂਗੇ ਵਹੀ ਖਾਣਾ ਪੜੇਗਾ, ਜੋ ਹਮ ਕਹੇਂਗੇ ਵਹੀ ਗਾਣਾ ਸੁਣਨਾ ਪੜੇਗਾ। ਮੈਂ ਪਾਰਲੀਮੈਂਟ ਮੇ ਵੀ ਇਸਕਾ ਵਿਰੋਧ ਕੀਆ ਥਾ, ਪਹਿਲੇ ਵੀ ਕੀਆ ਥਾ, ਅਬ ਵੀ ਕਰਤੇ। ਦੇਖੋ, ਕਿਸੀ ਵੀ ਕਿਸਮ ਕੀ ਵਾਇਲੈਂਸ ਕੋ ਆਮ ਆਦਮੀ ਪਾਰਟੀ ਪ੍ਰਮੋਟ ਨਹੀਂ ਕਰਤੀ। ਧਰਮ ਕੇ ਨਾਮ ਪਰ ਲੜਾਈ ਝਗੜੇ ਬੰਦ ਹੋਣੇ ਚਾਹੀਏ ਔਰ ਨੇਤਾਓਂ ਕੋ ਰਾਜਨੀਤਿਕ ਲੋਗੋਂ ਕੋ ਵੀ ਬੰਦ ਕਰ ਦੇਣਾ ਚਾਹੀਏ। ਬਹੁਤ ਖੂਨ ਖਰਾਬਾ ਹੋ ਚੁੱਕਾ ਹੈ, ਬਹੁਤ ਆਂਖੋਂ ਸੇ ਆਂਸੂ ਵੀ ਅਬ ਤੋ ਖਤਮ ਹੋ ਚੁੱਕੇ।